मना मूर्ख तो दिनू पता कुछ ही नहीं, मौत देन दी फिरे कलावे आनू, कुड़ते पैन ले भोस की टैरा लीना, खुले छाड़ के गली गलानू, मन जाए उन्हन दा हुक्म ने मूल होना, सांब सांब के रखदा पावया नू, पूरा नंदा जद बीत गई उम्र तेरी, पिछों बैठ की करे पछतावया नू। भैन पिशाक फिरे विच गलियां ते तू आ गिर पिए बगे, खरा खोटा तू जावे परखिया, जद पै सराफा अगे तौन सिराखा लावण तैनू, सिरी वजे साई बुलिया तू कौडी बन जा, तैनू वटा मूल ना लगे। परम पूजनीक गुरु प्यारी साहिब संगत जी, आप जी दे पावन पवित्र चरणा विच महान पूर्ण ब्रह्म ज्ञानी बाबा बुढ़ा साहब की जीवनी पेश कर लगे हाँ। इस प्रोग्राम नू पेश कर रहे ने कवीश्री जरनैल सिंह जी सुबरावां वाले दा कवीश्री जथा साथ दे रहे ने, ज्ञानी मेजर सिंह जी अते ज्ञानी भगवंत सिंह जी सुबरावां वाले। विचार सांझे करन तो पहला सरबत माई भाई फतेह बुलाओ, आखो वाहेगुरु जी का खालसा वाहेगुरु जी की फतेह। याद रखो दुनिया दियां तकदीरां बदलन वाले महान महापुरख बाबा बुढ़ा साहब जी संसार विच पूर्ण ब्रह्म ज्ञानी होए ने, जिन्हां दी जिंदगी दा इतिहास बहुत लमेरा ते वड्डा है। गुरु नानक देव महाराज जी तो लैके मेरी पीरी दे मालक सतगुरु हरगोबिंद साहब महाराज जी तक बाबा बुढ़ा साहब जी ने गुरुआं दे दर्शन कीते और सेवा कीती है। आओ इतिहास इथों शुरू करन लगे हां। 1563 नूं बाबा बुढ़ा साहब जी दा जन्म माता गौरां दी कुखों रंधावा परिवार भाई सुगे दे घर होया। याद रखो सत कत्ते सी कछू नंगल पिंड विच बाबा बुढ़ा साहब ने अवतार धारिया, जो जट्टा बूटा दी किरत होया करदी है। बाबा बुढ़ा जी 7 सालां दे होए ने, मापिया ने माल दे वागी बना दिते ने। इतिहास इत्थों शुरू है, इउं बेनती की जा रही, प्यार नाल सुनो। सम्मत 1563 है सी बालक बूढ़े ने लिया अवतार है जी कार, सुके रंधावे दे भाग लगे माता, गौरा भी जावे बलहार है जी। ओ अमृत वेला सी अंबरों फुल बरसे कर दे, देवते जय दे कार है जी कथू, नंगल पिंड खुशी विच झूम उठिया ऐसी, खिड़ी बसंत बहार है जी। ओ सम्मत 1563 है सी बालक बूढ़े ने लिया अवतार है जी कार, सुके रंधावे दे भाग लगे माता, गौरा भी जावे बलहार है जी। ओ अमृता वेला सी अंबिरों फुल बरसे कर दे, देवते जय जय कार है जी कथू, नंगल पिंड खुशी विच झूमी उठिया ऐसी, खिड़ी बसंत बहार है जी। ओ बदियान के वेल रंधावियां
ਦੀ ਵਧੀ ਆਣ ਕੇ ਵੇਲ ਰੰਧਾਵਿਆਂ ਦੀ ਹੋਏ ਫੁੱਲ ਕੇ ਦੋ ਤੋਂ ਚਾਰ ਹੈ ਜੀ ਸੁੱਗਾ ਬਾਪ ਦਿਲੀ ਖੋਲ ਕੇ ਦਾਨ ਕਰਦਾ ਆਏ ਮੰਗਤੇ ਬੇ ਸ਼ਮਾਰ ਹੈ ਜੀ ਓ ਮਾਤਾ ਗੌਰਾਂ ਖਿਡਾਵਦੀ ਚੁੱਕ ਕੁਛੜੀ ਨਾਲੇ ਸਿਮਰੇ ਕਰਤਾਰ ਕਰਤਾਰ ਹੈ ਜੀ ਬੂੜਾ ਬਾਲ ਸੀ ਰੂਪ ਪਰਮਾਤਮਾ ਦਾ ਸਾਰੇ ਦੱਸਦੇ ਪਏ ਨਾ ਹਾਰ ਹੈ ਜੀ ਬਈ ਚੌੜਾ ਮੱਥਾ ਤੇ ਨੈਣਾ ਵਿੱਚ ਨਾਮ ਮਸਤੀ ਨਾਮ ਮਸਤੀ ਚੌੜਾ ਮੱਥਾ ਤੇ ਨੈਣਾ ਜੀ ਨਾਮ ਮਸਤੀ ਤਿੱਖਾ ਨੱਕ ਜੋ ਖੰਡੇ ਦੀ ਧਾਰ ਹੈ ਜੀ ਸੱਤਾਂ ਸਾਲਾਂ ਦਾ ਹੋ ਗਿਆ ਜਦੋਂ ਬੂੜਾ ਮਿੱਠਾ ਬੋਲਦੇ ਤੇਰੀ ਰਫਤਾਰ ਹੈ ਜੀ ਉਹ ਪਿੱਛੇ ਮੱਝਾਂ ਦੇ ਮਾਪਿਆਂ ਲਾ ਦਿੱਤਾ ਜੱਟਾ ਬੂਟਾਂ ਦੀ ਹੁੰਦੀ ਜੋ ਕਾਰ ਹੈ ਜੀ ਜੂ ਵਿੱਚ ਰਮਦਾਸ ਦੀ ਮਾਲ ਚਾਰੇ ਪੈ ਗਿਆ ਡੰਗਰਾਂ ਨਾਲ ਪਿਆਰ ਹੈ ਜੀ ਉਧਰ ਵਾਲੀ ਜਹਾਨ ਦਾ ਗੁਰੂ ਨਾਨਕ ਨੇੜੇ ਵਸਦਾ ਰਾਵੀਓਂ ਪਾਰ ਹੈ ਜੀ ਇੱਕ ਦਿਨ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਇੱਕ ਦਿਨ ਬਾਲੇ ਮਰਦਾਨੇ ਨੂੰ ਨਾਲ ਲੈ ਦੇ ਦਿੱਤੇ ਬੂੜੇ ਨੂੰ ਆਣਾ ਦਿਦਾਰ ਹੈ ਜੀ ਬੇਈਮਾਨ ਮੋਲਿਆ ਰੱਬੀ ਰਬਾਬ ਉਹਦੀ ਮਨ ਮੋਲਿਆ ਰੱਬੀ ਰਬਾਬ ਉਹਦੀ ਖੜਕੀ ਦਿਲੋਂ ਪ੍ਰੇਮ ਦੀ ਤਾਰ ਹੈ ਜੀ ਗੁਰਾ ਘੁੱਟ ਕੇ ਛਾਤੀ ਦੇ ਨਾਲ ਲਾਇਆ ਕੀਤਾ ਪੁੱਤਰਾਂ ਵਾਂਗ ਪਿਆਰ ਹੈ ਜੀ ਉਹ ਕੀਤਾ ਪੁੱਤਰਾਂ ਵਾਂਗ ਪਿਆਰ ਹੈ ਜੀ ਉਹਨਾਂ ਵੇਲਿਆਂ ਵਿੱਚ ਲੋਕ ਮਾਲ ਦੇ ਵਾਗੀ ਖਾਸ ਕਰਕੇ ਦਰਿਆਵਾਂ ਦੇ ਕਿਨਾਰਿਆਂ ਉੱਤੇ ਵਸਿਆ ਕਰਦੇ ਸਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਜੂਹ ਵਿੱਚ ਮਾਲ ਚਾਰਿਆ ਕਰਦੇ ਸਨ ਬੇਅੰਤ ਮੱਝਾਂ ਗਾਵਾਂ ਸਨ ਪਰ ਬਾਕੀ ਦੇ ਸਾਥੀਆਂ ਔਰ ਬਾਬਾ ਬੁੱਢਾ ਵਿੱਚ ਜਿਮੀ ਸਮਾਨ ਦਾ ਫਰਕ ਹੈ ਦੁਨਿਆਵੀ ਖੇਡਾਂ ਬਾਬਾ ਜੀ ਦੇ ਸਾਥੀ ਬਥੇਰੀਆਂ ਕਰਦੇ ਸਨ ਪਰ ਬਾਬਾ ਬੁੱਢਾ ਸਾਹਿਬ ਜੀ ਸਮਾਧੀ ਲਾ ਲੈਂਦੇ ਨੇ ਹਮੇਸ਼ਾ ਪ੍ਰਭੂ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਨੇ 17 ਸਾਲਾਂ ਤੋਂ ਇਹ ਬੁੱਢਾ 12 ਸਾਲ ਦਾ ਹੋ ਗਿਆ ਸੰਗਤ ਜਿਸ ਮੌਕੇ ਤੇ ਦਰਿਆ ਥਾਣੀ ਰਾਵੀਓਂ ਪਾਰ ਨੂੰ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਨ ਜਾਂਦੀ ਹੈ ਬੂੜੇ ਨੇ ਅਰਦਾਸ ਕੀਤੀ ਦੁਨੀਆਂ ਨੂੰ ਤਾਰਨ ਵਾਲਿਆ ਕਿਤੇ ਮੈਨੂੰ ਨਮਾਣੇ ਨੂੰ ਡੰਗਲ ਚਾਰਨ ਵਾਲੇ ਨੇ ਦਰਸ਼ਨ ਦੇ ਜਾ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਆਣ ਕੇ ਦਰਸ਼ਨ ਦਿੱਤੇ ਨੇ ਬਹੁਤ ਸਾਰੇ ਲੋਕਾਂ ਨੇ ਗੁਰੂ ਨਾਨਕ ਨੂੰ ਮੱਥਾ ਟੇਕਿਆ ਬੂੜੇ ਨੇ ਵੀ ਮੱਥਾ ਟੇਕਿਆ ਮੱਥਾ ਟੇਕਣ ਵਾਲੇ ਲੋਕ ਕੀਰਤਨ ਸੁਣ ਕੇ ਚਲੇ ਗਏ ਨੇ ਪਰ ਭਾਈ ਬੂੜਾ ਹਜ਼ੂਰ ਦੇ ਚਰਨਾਂ ਵਿੱਚ ਬੈਠਾ ਰਿਹਾ ਹੈ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਲਾਗੇ ਸੱਦ ਕੇ ਪੁੱਛਿਆ ਉਹ ਕਾਕਾ ਤੇਰਾ ਕੀ ਨਾਂ ਹੈ ਚਰਨਾਂ ਤੇ ਝੁੱਕ ਕੇ ਕਹਿੰਦਾ ਮਹਾਰਾਜ ਮੇਰਾ ਨਾਂ ਬੂੜਾ ਹੈ ਸਤਿਗੁਰੂ ਕਹਿੰਦੇ ਕੀ ਕੰਮ ਕਰਦਾ ਹੁੰਦਾ ਕਹਿੰਦਾ ਮਹਾਰਾਜ ਮਾਲ ਚਾਰਦਾ ਹੁੰਦਾ ਸਤਿਗੁਰੂ ਕਹਿੰਦੇ ਤੂੰ ਸਮਾਧੀ ਬੜੀ ਪਰਮਾਤਮਾ ਦੀ ਤਰ੍ਹਾਂ ਲਾ ਕੇ ਬਹਿਨਾ ਇਸ ਦਾ ਕਾਰਨ ਕੀ ਹੈ ਸੀ ਝੁਕਾ ਕੇ ਬੂੜੇ ਨੇ ਆਖਿਆ ਮਹਾਰਾਜ ਦਰਅਸਲ ਮੈਨੂੰ ਮੌਤ ਤੋਂ ਬੜਾ ਡਰ ਆਉਂਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਤੇਰਾ ਮੌਤ ਦਾ ਡਰ ਹਟਾ ਦੇਈਏ ਮੌਤ ਦਾ ਡਰ ਤੈਨੂੰ ਪਿਆ ਕਿਸ ਕਾਰਨ ਕਹਿੰਦਾ ਮਹਾਰਾਜ ਇੱਕ ਦਿਨ ਮੇਰੀ ਮਾਤਾ ਰੋਟੀਆਂ ਪਕਾ ਰਹੀ ਸੀ ਮੈਂ ਅੱਗ ਡਾ ਰਿਹਾ ਸਾਂ ਕੀ ਵੇਖਿਆ ਵੱਡੀਆਂ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗੀ ਤੇ ਛੋਟੀਆਂ ਲੱਕੜਾਂ ਸੜ ਕੇ ਸੁਆਹ ਹੋ ਗਈਆਂ ਸਨ ਮੇਰਾ ਛੋਟਾ ਜਿਹਾ ਸਰੀਰ ਹੈ ਇਸ ਕਰਕੇ ਵਿਚਾਰ ਕੀਤੀ ਸ਼ਾਇਦ ਮੌਤ ਮੇਰੀਆਂ ਹੱਡੀਆਂ ਨਾ ਚੱਬ ਜਾਂਦੀ ਹੋਵੇ ਗੁਰੂ ਨਾਨਕ ਮਹਾਰਾਜ ਨੇ ਗੱਲ ਨਾ ਲਾ ਕੇ ਆਖਿਆ ਉਹ ਕਾਕਾ ਦਰਅਸਲ ਤੇਰਾ ਨਾਂ ਬੂੜਾ ਨਹੀਂ
तेरा नाम बुढ़ा है क्योंकि तेरे विचार 90 साल के बुजुर्ग वर्गे ने गल ना ला के महाराज की कह रहे क्यों पेश किया जा रहा। हस के गुरु नानक देव ने बूढ़े नू गल नाल ला लिया, उमरों ता बच्चा जापदा सुन बालक भोले पालिया, उमरों ता बच्चा जापदा सोचा बहुत लवेरिया हिरदे विच बैठों थारने, गुरु कहिंदे बालक बूढ़िया तेरे बुढ़िया जे विचार ने, गुरु कहिंदे बालक बूढ़िया। सिखे गुरु नानक देव ने बूढ़े नू गल नाल ला लिया, उमरों ता बच्चा जापदा सुन बालक भोले पालिया, उमरों ता बच्चा जापदा सोचा बहुत लंबेरिया हिरदे विच बैठों थारने, गुरु कहिंदे बालक बूढ़िया तेरे बुढ़िया जे विचार ने, गुरु कहिंदे बालक बूढ़िया। तेरे तहानी पुत्तरा खेडा विच वक्त गुजार दे, ना रखन सोची मौत दी बेली जो डंगर चार दे, ना रखन सोची मौत दी जो चेत रखन मौत नू हुंदे ना कले खवारने, गुरु कहिंदे बालक बूढ़िया तेरे बुढ़िया जे विचार ने, गुरु कहिंदे बालक बूढ़िया। दस सिखा तू केड़े पिंड दा केड़े था कीता वास है, किस जन्म्या तर मन माने की ना जो तेरा बाप है, किस जन्म्या तर मन माने बेकारी करनी मावा जम दिया जी जी, कारी करनी मावा जम दिया तेरे दे बरखरीदार ने, गुरु कहिंदे बालक बूढ़िया ओ तेरे बुढ़िया जे विचार ने, गुरु कहिंदे बालक बूढ़िया। मैं कथू नंगल विच जन्मिया सुका है मेरा बाप जी, ना गौरा तरमन मादा रेंदे हां विच रामदास जी, ना गौरा तरमन मादा साडा खेती बाड़ी कम है कर दे जो जिमीदार ने, गुरु कहिंदे बालक बूढ़िया तेरे बुढ़िया जे विचार ने, गुरु कहिंदे बालक बूढ़िया। तेनू सोजी जमन मरन दी तू बालक है कमाल दा, तेरे जिया गल्ला करे ना बुढ़ा कोई 70 साल दा, तेरे दियां बातां करे ना तैनू सोजी बख्शी बहुत है उस सच्चे परविदगार ने, गुरु कहिंदे बालक बूढ़िया तेरे बुढ़िया जे विचार ने, गुरु कहिंदे बालक बूढ़िया। पैना डरिया करी तू मौत तो ना डरिया कर तू मौत तो, तैनू ता ब्रह्म ज्ञान है दुनिया ता जगत सरा है, एक बनिया आवन जान है दुनिया ता जगत सराया। ओ ना मरते मारिया मौत तू मन नू जो लेंदे मारने, गुरु कहिंदे बालक बूढ़िया तेरे बुढ़िया जे विचार ने, गुरु कहिंदे बालक बूढ़िया। ओ बूढ़ा नहीं बुढ़ा अज तू बूढ़ा नहीं बुढ़ा अज तू, तैनू लोकी कहे बुलाउणगे जरनैल कवि शरजहे भी तेरे दर ते सीसी चुकाउणगे, जरनैल कवि शिर जहे भी भगवंत ते मेजर गाउणगे, हो भगवंत ते मेजर गाउणगे करी बख्शिश जो किरतार ने, गुरु कहिंदे।
ਦੇ ਬਾਲਕ ਬੂੜੀਆ ਉਹ ਤੇਰੇ ਬੁੱਢਿਆਂ ਜੇ ਵਿਚਾਰ ਨੇ ਗੁਰੂ ਕਹਿੰਦੇ ਬਾਲਕ ਬੂੜੀਆ ਮਹਾਰਾਜ ਨੇ ਗਲਦੇ ਨਾਲ ਲਾ ਲਿਆ ਬਾਲਕ ਬੂੜੇ ਨੂੰ ਆਖਿਆ ਬੂੜਿਆ ਦਰਅਸਲ ਤੂੰ ਬੂੜਾ ਨੀ ਤੂੰ ਬੁੱਢਾ ਹੈ ਕਿਉਂਕਿ ਤੇਰੇ ਵਿੱਚ ਸੋਚ ਵਿਚਾਰ ਹੈ ਜਿਹੜਾ ਇਨਸਾਨ ਮੌਤ ਨੂੰ ਤੇ ਪਰਮਾਤਮਾ ਨੂੰ ਹਰ ਦਮ ਯਾਦ ਰੱਖਦਾ ਹੈ ਨਾ ਉਹ ਇਸ ਦੁਨੀਆਂ ਵਿੱਚ ਹਾਰਦਾ ਤੇ ਨਾ ਅਗਲੀ ਦੁਨੀਆਂ ਵਿੱਚ ਹਾਰਦਾ ਹੈ ਮਹਾਰਾਜ ਨੂੰ ਮੱਥਾ ਟੇਕ ਕੇ ਕਹਿੰਦਾ ਸਤਿਗੁਰੂ ਪਹਿਲੀ ਵਾਰਾਂ ਆਪਨੇ ਦਾਸ ਨੂੰ ਦਦਾਰ ਦਿੱਤੇ ਨੇ ਤੁਹਾਡੇ ਚਰਨਾਂ ਦੇ ਨਾਲ ਲੱਗਦਿਆਂ ਮੈਨੂੰ ਚਾਨਣ ਹੋ ਗਿਆ ਹੁਣ ਮੈਨੂੰ ਮੌਤ ਤੋਂ ਡਰ ਨਹੀਂ ਆਉਂਦਾ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਘਰ ਨੂੰ ਦੌੜਿਆ ਹੈ ਦੁੱਧ ਦੀ ਬਾਲਟੀ ਭਰ ਕੇ ਲਿਆਇਆ ਬਾਲੇ ਤੇ ਮਰਦਾਨੇ ਨੇ ਦੁੱਧ ਛਕਿਆ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦੁੱਧ ਛਕਿਆ ਹੈ ਇੰਨਿਆਂ ਚਿਰਾਂ ਨੂੰ ਸ਼ਾਮਾਂ ਪੈ ਗਈਆਂ ਮਾਲ ਦੇ ਵਾਗੀ ਡੰਗਰ ਚਾਰ ਕੇ ਘਰਾਂ ਨੂੰ ਤੁਰ ਪਏ ਨੇ ਦਰਅਸਲ ਬਾਬਾ ਬੁੱਢਾ ਸਾਹਿਬ ਦਾ ਸਤਿਗੁਰ ਦੇ ਚਰਨਾਂ ਵਿੱਚੋਂ ਹਿੱਲਣ ਨੂੰ ਜੀ ਨਹੀਂ ਕਰਦਾ ਮਰਦਾਨੇ ਨੇ ਰਬਾਬ ਵਲੇਟੀ ਹਜ਼ੂਰ ਨੇ ਤਿਆਰੀ ਕੀਤੀ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੋਵੇਂ ਚਰਨ ਘੁੱਟ ਕੇ ਫੜ ਲਏ ਨੇ ਮਹਾਰਾਜ ਨੇ ਗਲਨਾ ਲਾ ਕੇ ਆਖਿਆ ਦੱਸੋ ਬੁੱਢਾ ਜੀ ਕੀ ਚਾਹੁੰਦੇ ਹੋ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦਾ ਮਹਾਰਾਜ ਜਿਵੇਂ ਦੁਨੀਆਂ ਨੇ ਹਜ਼ਾਰਾਂ ਲੋਕਾਂ ਨੂੰ ਸਿੱਖ ਬਣਾਇਆ ਮੇਰੇ ਨਿਮਾਣੇ ਉੱਤੇ ਕਿਰਪਾ ਕਰੋ ਔਰ ਮੈਨੂੰ ਸਿੱਖੀ ਦਾਤ ਬਖਸ਼ੋ ਕਿਵੇਂ ਬਾਬਾ ਬੁੱਢਾ ਸਾਹਿਬ ਸਿੱਖੀ ਦੀ ਦਾਤ ਮੰਗਦੇ ਨੇ ਇਉਂ ਪੇਸ਼ ਕੀਤਾ ਜਾ ਰਿਹਾ ਹੱਥ ਜੋੜ ਕੇ ਬੋਲਿਆ ਇਉਂ ਬਾਲਕ ਬੂੜਾ ਸਿੱਖੀ ਸਿੱਧਕ ਪ੍ਰੇਮ ਦਾ ਰੰਗ ਚਾੜੋ ਗੂੜਾ ਹਾਂਜੀ ਗੂੜਾ ਅੱਗੇ ਲੱਖਾਂ ਤਾਰੀ ਤੇ ਮੇਰਾ ਵਿੱਚ ਆ ਕੇ ਸਿੱਖੀ ਬਖਸ਼ੋ ਪਾਤਸ਼ਾਹ ਚਰਨਾ ਨਾਲ ਲਾ ਕੇ ਹਾਂਜੀ ਲਾ ਕੇ ਹੱਥ ਜੋੜ ਕੇ ਬੋਲਿਆ ਇਉਂ ਬਾਲਕ ਬੂੜਾ ਸਿੱਖੀ ਸਿੱਧਕ ਪ੍ਰੇਮ ਦਾ ਰੰਗ ਚਾੜੋ ਗੂੜਾ ਹਾਂਜੀ ਗੂੜਾ ਅੱਗੇ ਲੱਖਾਂ ਤਾਰੀ ਤੇ ਮੇਰਾ ਵਿੱਚ ਆ ਕੇ ਸਿੱਖੀ ਬਖਸ਼ੋ ਪਾਤਸ਼ਾਹ ਚਰਨਾ ਨਾਲ ਲਾ ਕੇ ਹਾਂਜੀ ਲਾ ਕੇ ਗੇੜਾ ਜੰਮਣ ਮਰਨ ਦਾ ਕੱਟ ਦੇਵੋ ਸਾਰਾ ਸਾਗਰ ਚੋ ਕਰ ਦਿਓ ਹੁਣ ਪਾਰਿਓ ਤਾਰਾ ਹਾਂ ਉਹ ਤਾਰਾ ਉਹ ਤਰਲੇ ਕਰਾਂ ਮੈਂ ਦਾਤੀਆ ਗਲ ਪੱਲਾ ਪਾ ਕੇ ਸਿੱਖੀ ਬਖਸ਼ੋ ਪਾਤਸ਼ਾਹ ਚਰਨਾ ਨਾਲ ਲਾ ਕੇ ਹਾਂਜੀ ਲਾ ਕੇ ਅੱਗੇ ਜਿਵੇਂ ਮਰਦਾਨਾ ਗਾਵੇ ਗੀਤ ਗੋਬਿੰਦ ਦੇ ਦਿਨ ਰਾਤ ਦੀਵਾਨਾ ਹਾਂ ਦੀਵਾਨਾ ਉਹ ਲੈਂਦਾ ਖੁਸ਼ੀ ਹਜ਼ੂਰ ਦੀ ਰਬਾਬ ਵਜਾ ਕੇ ਸਿੱਖੀ ਬਖਸ਼ੋ ਪਾਤਸ਼ਾਹ ਚਰਨਾ ਨਾਲ ਲਾ ਕੇ ਹਾਂਜੀ ਲਾ ਕੇ ਚੋਰਾਂ ਚੋਰੀ ਛੱਡ ਤੀ ਕਰ ਦਰਸ਼ਨ ਤੇਰਾ ਦੂਰ ਦੂਈ ਦਾ ਹੋ ਗਿਆ ਜਾਂ ਦਿਲ ਚੋਂ ਡੇਰਾ ਹਾਂਜੀ ਡੇਰਾ ਸੱਚ ਬੋਲਿਆ ਉਸਨੇ ਰਾਜੇ ਕੁਲ ਜਾ ਕੇ ਸਿੱਖੀ ਬਖਸ਼ੋ ਪਾਤਸ਼ਾਹ ਚਰਨਾ ਨਾਲ ਲਾ ਕੇ ਹਾਂਜੀ ਲਾ ਕੇ ਬਈ ਬੰਦੇ ਖਾਣੇ ਆਦਮੀ ਰਾ ਸਿੱਧੇ ਪੈ ਗਏ ਬੰਦੇ ਖਾਣੇ ਆਦਮੀ ਰਾਹ ਸਿੱਧੇ ਪੈ ਗਏ ਤਬੇ ਕੜਾਏ ਤੇਲ ਦੇ ਉੱਥੇ ਹੀ ਰਹਿ ਗਏ ਹਾਂਜੀ ਰਹਿ ਗਏ ਉਹ ਕੌਟੇ ਕੁੰਦਨ ਕਰ ਦਿੱਤੇ ਗੁਰ ਚਰਨ ਛੁਹਾ ਕੇ ਸਿੱਖੀ ਬਖਸ਼ੋ ਪਾਤਸ਼ਾਹ ਚਰਨਾ ਨਾਲ ਲਾ ਕੇ ਹਾਂਜੀ ਲਾ ਕੇ ਸੱਜਣ ਮਿਲਿਆ ਤੁਸਾਂ ਨੂੰ ਕਰ ਸਾਂਗ ਅਨੋਖੇ ਉਹ ਵੀ ਕਰਨੋਂ ਹਟ ਗਿਆ ਦੁਨੀਆ ਨਾਲ ਧੋਖੇ ਹਾਂਜੀ ਧੋਖੇ ਅਸਲੀ ਸੱਜਣ ਬਣ ਗਿਆ ਉਲਾ ਬਖਸ਼ਾ ਕੇ ਅਸਲੀ ਸੱਜਣ ਬਣ ਗਿਆ ਉਲਾ ਬਖਸ਼ਾ ਕੇ
सिखी बगशो पातशाह चरना नाल लाके हाँ जी लाके। बाबा बुढ़ा साहब ने महाराज गुरु नानक तो सिक्खी की मंग की, हजूर ने चरना ना ला के सिक्खी की दात बख्श दी। महान सेवा बाबा बुढ़ा साहब ने गुरु घर की कीती है। दूसरे पातशाह सतगुरु अंगद देव महाराज तो लैके मीरी पीरी दे मालिक सतगुरु हरगोबिंद साहब तक बाबा बुढ़ा साहब ने गरियाई का तिलक लाया है। गुरु हरगोबिंद साहब महाराज का वरदान की अरदास बाबा बुढ़ा साहब ने की है। अज भी मस्या का जोड़ मेला हर प्रोग्राम उत्ते संगरांद वाले दिन हजारों श्रद्धालु बाबा बुढ़ा साहब के दर्शन वास्ते जाते हैं। जो भी श्रद्धा लैके मन में अज भी सच्चे दिलों जाता है बाबा बुढ़ा साहब जी और मनोकामना पूरी कर देंगे ने। बाबा बुढ़ा साहब की समुची जीवनी उत्ते कविता पेश कर रहे हैं, सुनिए इउं बेनती की जा रही। जो श्रद्धा नाल आके दर ते सीस चकाउंदे ने, दर ते सीस चकाउंदे ने, बाबा बुढ़ा साहब जी सब दी आस पचाउंदे ने, बाबा बुढ़ा साहब जी सब दी आस पजाउंदे ने। गुरु नानक दे चरनी लग के तार लई सी सिखी, तार लई सी सिखी, उस मार्ग ते तुरकी दसिया जो है खंडियो तिखी, जो है खंडियो तिखी। ओ जो मालक ने दसिया हस के हुक्म वजाउंदे ने, हस के हुक्म वजाउंदे ने, बाबा बुढ़ा साहब जी सब दी आस पजाउंदे ने, बाबा बुढ़ा साहब जी सब दी आस पजाउंदे ने। पंजां गुरां नूं तिलक लगाया जद बैठे सी गद्दी, जद बैठे सी गद्दी, ओ हर मंदिर दे बने ग्रंथी भीड़ जदों सी बद्दी, भीड़ जदों सी बद्दी। ओ तुरकी बाणी सब नूं अरथां संग समझाउंदे ने, अरथां संग समझाउंदे ने, बाबा बुढ़ा साहब जी सब दी आस पजाउंदे ने, बाबा बुढ़ा साहब जी सब दी आस पजाउंदे ने। वजीर खान सी दर ते आया जो सी रोग गरसिया, जो सी रोग गरसिया, ओ पंजवे गुर दे दर ते उसने रो रो के दुख दसिया, रो रो के दुख दसिया। मार टोकरा ढिड ते उसदा रोग हटाउंदे ने, उसदा रोग हटाउंदे ने, बाबा बुढ़ा साहब जी सब दी आस पजाउंदे ने, बाबा बुढ़ा साहब जी सब दी आस पजाउंदे ने। अमरदास गुर गोदवाल तू जद बासर के आया, जद बासर के आया, कोई भी सिखना बूहा खोले लिख के अगे लाया, लिख के अगे लाया। कटन लई चरासी सन पिछों दी लाउंदे ने, सन पिछों दी लाउंदे ने, बाबा बुढ़ा साहब जी सब दी आस पजाउंदे ने, बाबा बुढ़ा साहब जी सब दी आस पजाउंदे ने। परिवारी पुत्री दा लैण लई जूंदर वर पुत्र दा लैण लई माता गंगा बीड़ च आई, गंगा बीड़ च आई। ओ बाबा जी दे शकल ली भोजन मिस्सा जदों लियाई, मिस्सा जदों लियाई, ओ दरियाई दी झोली खैर पुत्र दा पाउंदे ने, खैर पुत्र दा पाउंदे ने, बाबा बुढ़ा साहब जी सब दी आस पजाउंदे ने, बाबा बुढ़ा साहब जी सब दी आस पजाउंदे ने। पंज सरोवर अमृत सर दे टप बाबे ने लाया, टप बाबे ने लाया, सिर ते टोकरी ठोके हाथी अकाल तख्त बिणवाया, अकाल तख्त बिणवाया। काग हंसी बन जांदे काग हंस बन जांदे जेड़े इस विच नहाउंदे ने, जेड़े इस विच नहाउंदे ने,
बाबा बुढ़ा साहब जी सब दी आस पिजाउंदे ने, बाबा बुढ़ा साहब जी सब दी आस पिजाउंदे ने। ओ छेवें गुरु गवाली यार चों कैद जदों सी होए, कैद जदों सी होए। जर ना सके विछोड़ा कई सिखी पुब्बा मार किरोए, पुब्बा मार किरोए। शब्द चौंकी दी रस्म बाबा जी आप चलाउंदे ने, बाबा आप चलाउंदे ने। बाबा बुढ़ा साहब जी सब दी आस पिजाउंदे ने, बाबा बुढ़ा साहब जी सब दी आस पिजाउंदे ने। होगी उम्र वडेरी जद फिर विच रमदास दे आए, विच रमदास दे आए। पीछे वे गुरु दा हुक्म मान के, रोज दीवान लगाए, रोज दीवान लगाए। सब संगत दे ताई सब इतिहास सुनाउंदे ने, सब इतिहास सुनाउंदे ने। बाबा बुढ़ा साहब जी सब दी आस पिजाउंदे ने, बाबा बुढ़ा साहब जी सब दी आस पिजाउंदे ने। बीड़े ते रमदास नगर विच आउंदी संगत हजारा, संगत हजारा। दुध पुत कई मंगदे पहली मंगण की जीपा कारा, मंगण की जीपा कारा। जो शरदा नाल आउंदे, जो शरदा नाल आउंदे, गोदी लाल खडाउंदे ने, गोदी लाल खडाउंदे ने। बाबा बुढ़ा साहब जी सब दी आस पिजाउंदे ने, बाबा बुढ़ा साहब जी सब दी आस पिजाउंदे ने। जरनैल कवि सिर सने साथियां, जरनैल कवि सिर सने साथियां। बाबे बुढ़े आउंदा, बाबे बुढ़े आउंदा। गल विच पल्ला पाके हरदम दात कावदी चौंदा, दात कावदी चौंदा। कर बाबा दी कृपा, कर बाबा दी कृपा। सोने छंद बनाउंदे ने, सोने छंद बनाउंदे ने। बाबा बुढ़ा साहब जी सब दी आस पिजाउंदे ने, बाबा बुढ़ा साहब जी सब दी आस पिजाउंदे ने। वड देवे बकरा ते खादा जांदा मासी ओदा, खलड़ी दा ढोल किते तपला मड़ाया जांदा। मारी जावे मिर्ग ते बनाई जांदी मिर्गशाला, सिंह बारा सिंह दा दवाइयां विच पाया जांदा। मारी जावे शेर ते लवा के ओदी खलड़ी नू, हेठा संता साधुआ दे आसन लगाया जांदा। मारी जावे हाथी ओदा मुल पैंदा सवा लख, मारी जावे हाथी ओदा मुल पैंदा सवा लख। ओदे दंदा दा बना के चूड़ा बीबिया दे पाया जांदा। हड्ड मास नाड़ी चम बंदे दा नहीं किसे कम, कवरां च दब के जा चिखा च जलाया जांदा। देश धर्म उत्तों जेड़े हस जाना वार गए ने, जस उन्ना मरदा दा सिटे जाय उत्ते गाया जांदा। जिंदगी परमात्मा वल्लों हर मनुख नूं अमानत विच मिली है। कुछ मनुख जिंदगी दे सही अर्थां नूं समझ के उन्हों चंगे तरीके दे नाल वरत जांदे ने, आउण वालियां नसलां उस तों सेध लै सकदियां ने। बाबा बुढ़ा साहब जी दुनिया दे ओ महापुरश होए ने जिन्ने भी गुरु अमरदास पातशाह महाराज तों लैके
छेवें पातशाह सतगुरु हरगोबिंद साहब महाराज तक स्थान बनाए गए। सारिया के सरोवरों का टप बाबा बुढ़ा साहब तो लवाया जाता रहा। बौली साहब का टप बाबा बुढ़ा साहब ने लाया, संतोख सर का टप बाबा बुढ़ा साहब ने लाया, अमृतसर साहब का टप बाबा बुढ़ा साहब ने लाया, कौल सर का टप बाबा बुढ़ा साहब ने लाया, बबेक सर का टप बाबा बुढ़ा साहब ने लाया, राम सर का टप बाबा बुढ़ा साहब ने लाया, तरन तारण साहब के पावन पवित्र सरोवर का टप्पा भी बाबा बुढ़ा साहब ने लाया। जदों गुरु ग्रंथ साहब महाराज की बीड़ तैयार की गई, सतगुरु अर्जन देव महाराज जी सारी रात सोचते रहे सन। हरिमंदर साहब पहला प्रकाश कराने समय हरिमंदर साहब के हैड ग्रंथी बाबा बुढ़ा साहब नूं थापिया गया। श्री अकाल तख्त साहब की सेवा बाबा बुढ़ा साहब ते भाई गुरदास दे हत्थां तों करवाई गई। समय के लिखारी लिखते ने, राज मजदूर नहीं हाथ लगायो, बुढ़े और गुरदास बनायो। इन्नी महानता बाबा बुढ़ा साहब की सिख जगत विच है। मीरी पीरी के मालिक धन गुरु हरगोबिंद साहब महाराज जी हरगोबिंदपुर साहब की पावन धरती बैठे ने। इत्थे छेवें पातशाह ने अपने जीवन की दूसरी जंग लड़ी है। इस नगर का नाम पहला रहेला पिंड सी। बाबा बुढ़ा साहब ने अपनी मुबारक रसना तो इस नगर का नाम छेवें पातशाह महाराज के नाम उत्ते श्री हरगोबिंदपुर साहब रखा है। हजारां संगतां महाराज के दर्शनों नूं पहुंचियां होईयां ने। बाबा बुढ़ा साहब भी इत्थे पहुंचे ने। छेवें पातशाह महाराज ने बेनती की, सतगुरु जी तुसा बाबा बुढ़ा साहब जी तुसा गुरु नानक पातशाह पहले गुरु की संगत की है, इसलिए गुरु नानक पातशाह महाराज का इतिहास संगतां नूं सुनाया जाए। कुछ दिन बाबा बुढ़ा साहब जी गुरु नानक देव महाराज जी जीवनी की कथा करते रहे। आखिरकार आरजू बहुत लमेरी हो गई सी, क्योंकि इतिहास लिखण वाले जां पढ़ने वाले जानते ने 125 साल 1 महीना ते 7 दिन की उम्र बाबा बुढ़ा साहब ने भोगी है। इन्नी लंबी जिंदगी 125 साल लंबी जिंदगी बाबा बुढ़ा साहब की सी। शरीर बिरध हो गया है, मन बनाया कि हुण अपने पिंड रमदास चलिया जावां, गल विच पल्ला पा के मीरी पीरी दे मालिक सतगुरु हरगोबिंद साहब महाराज दे चरणां विच जिवें बाबा बुढ़ा साहब जी पिंड जाण लई बेनती कर रहे ने, इउं पेश कीता जा रहा। बाबा बुढ़ा साहब ने इउं अरज गुजारी, बाबा बुढ़ा साहब ने इउं अरज गुजारी, उम्र बीत गई दास दी सेवा विच सारी, उम्र बीत गई दास दी सेवा विच सारी, बाबे बुढ़ा साहब ने इउं अरज गुजारी, बाबे बुढ़ा साहब ने इउं अरज गुजारी, उम्र बीत गई दास दी सेवा विच सारी, उम्र बीत गई दास दी सेवा विच सारी, सेवा लेखे ला दियो कर भारी उपकारी, सेवा लेखे ला दियो कर भारी उपकारी, माफ कर दियो पातशाह भुल चुक हमारी, माफ कर दियो पातशाह भुल चुक हमारी, पई दे उठन बैन तो हो गई नकारी, दे उठन बैन तो हो गई नकारी, दे उठन बैन तो हो गई नकारी, जाना है रमदास नूं ए दिल विच तारी, कहिंदे हुक्म होवे जे आपदा कर लवां तियारी, हुक्म होवे जे तुसां दा कर लवां तियारी, ओ पिछों लैंदे रहो जे सुख खबर हमारी, पिछों लैंदे रहो जे सुख खबर हमारी, फेर देने दर्शन सतगुरु सतगुरु सतगुरु, देने दर्शन सतगुरु आखिर दीवारी, देने दर्शन दातिया आखिर दीवारी, तोड़ने वेजर नैल के तोड़ने
ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਬੁੱਢਾ ਸਾਹਿਬ ਨੇ ਪਿੰਡ ਨੂੰ ਜਾਣ ਦੀ ਬੇਨਤੀ ਕੀਤੀ ਤੇ ਆਖਰੀ ਖਾਹਿਸ਼ ਬਾਬਾ ਬੁੱਢਾ ਸਾਹਿਬ ਦੇ ਦਿਲ ਵਿੱਚ ਸੀ, ਸਤਿਗੁਰੂ ਮੇਰੇ ਨਿਮਾਣੇ ਉੱਤੇ ਕਿਰਪਾ ਕਰਨੀ ਕਿਉਂਕਿ ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਜਦੋਂ ਜ਼ਿੰਦਗੀ ਦਾ ਆਖਰੀ ਸਮਾਂ ਆਵੇ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਇਹ ਮੈਂ ਸੰਸਾਰ ਦੀ ਯਾਤਰਾ ਪੂਰੀ ਕਰਨੀ ਚਾਹੁੰਦਾ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਬਾਬਾ ਜੀ ਠੀਕ ਹੈ ਤੁਹਾਡਾ ਸਰੀਰ ਬਿਰਧ ਹੈ, ਤੁਸੀਂ ਰਮਦਾਸ ਚਲੇ ਜਾਓ, ਜਦੋਂ ਤੁਹਾਡਾ ਸਮਾਂ ਨੇੜੇ ਆਵੇ ਅਸੀਂ ਜ਼ਰੂਰ ਤੁਹਾਨੂੰ ਆ ਕੇ ਮਿਲਾਂਗੇ। ਮਹਾਰਾਜ ਨੇ ਹੁਕਮ ਕੀਤਾ, ਬਾਬਾ ਸਾਹਿਬ ਰਮਦਾਸ ਵਿੱਚ ਜਾ ਕੇ ਤੁਸਾਂ ਨੇ ਬਹੁਤ ਅੱਗੇ ਸਿੱਖੀ ਨੂੰ ਦਾਤਾਂ ਬਖਸ਼ੀਆਂ ਨੇ, ਇੱਕ ਬੇਨਤੀ ਪ੍ਰਵਾਨ ਕਰਿਓ, ਜਿੰਨਾ ਵੀ ਸਮਾਂ ਤੁਹਾਡਾ ਰਮਦਾਸ ਵਿੱਚ ਬੀਤੇ ਰੋਜ਼ਾਨਾ ਮੰਜੇ ਉੱਤੇ ਬੈਠ ਕੇ ਗੁਰੂ ਕੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਤੱਕ ਸਿੱਖ ਇਤਿਹਾਸ ਵਿੱਚ ਬੀਤੀਆਂ ਘਟਨਾਵਾਂ ਅਤੇ ਗੁਰੂ ਸਾਹਿਬਾਨਾਂ ਦੇ ਚੋਜ ਦੱਸਿਆ ਕਰਿਓ। ਬਾਬਾ ਬੁੱਢਾ ਸਾਹਿਬ ਨੇ ਨਮਸਕਾਰ ਕੀਤੀ, ਮਹਾਰਾਜ ਤੁਹਾਡਾ ਮਿਹਰ ਭਰਿਆ ਹੱਥ ਨਿਮਾਣੇ ਦੇ ਸਿਰ ਉੱਤੇ ਹੋਇਆ ਤੇ ਇਸ ਤਰੀਕੇ ਦੇ ਨਾਲ ਵੀ ਮੈਂ ਸਾਧ ਸੰਗਤ ਦੀ ਸੇਵਾ ਕਰਾਂਗਾ। ਰਮਦਾਸ ਤੋਂ ਬਾਬਾ ਬੁੱਢਾ ਸਾਹਿਬ ਆਪਣੇ ਸੇਵਾਦਾਰ ਭਾਈ ਜੋਤ ਜੀ, ਭਾਈ ਅਜਿਤਾ ਜੀ ਤੇ ਭਾਈ ਜੀਵਾ ਜੀ ਨੂੰ ਨਾਲ ਲੈ ਕੇ, ਕੁਝ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਪਾਵਨ ਚਰਨਾਂ ਵਿੱਚੋਂ ਹਰਗੋਬਿੰਦਪੁਰ ਸਾਹਿਬ ਤੋਂ ਰਮਦਾਸ ਚਲੇ ਗਏ ਨੇ। ਯਾਦ ਰੱਖੋ ਬਾਬਾ ਜੀ ਦਾ ਜਨਮ ਨਗਰ ਕੱਥੂ ਨੰਗਲ ਹੈ। ਰਮਦਾਸ ਨੂੰ ਅੱਜ ਕੱਲ੍ਹ ਝੰਡੇ ਰਮਦਾਸ ਆਖਿਆ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਨੇ ਇਹ ਆਪਣੇ ਪੋਤਰੇ ਭਾਈ ਝੰਡਾ ਜੀ ਦੇ ਨਾਂ ਉੱਤੇ ਝੰਡੇ ਰਮਦਾਸ ਵਸਾਇਆ ਸੀ। ਬਾਬਾ ਜੀ ਦੀ ਜ਼ਿੰਦਗੀ ਬਹੁਤ ਲੰਮੀ ਹੈ। ਬਾਬਾ ਜੀ ਸ਼ਾਦੀਸ਼ੁਦਾ ਸਨ, ਚਾਰ ਪੁੱਤਰ ਸਨ ਬਾਬਾ ਬੁੱਢਾ ਸਾਹਿਬ ਦੇ, ਭਾਈ ਸਰਦਾਰੀ ਜੀ, ਭਖਾਰੀ ਜੀ, ਮਹਿਮੂ ਜੀ ਅਤੇ ਭਾਨਾ ਜੀ। ਰਮਦਾਸ ਵਿੱਚ ਜਾ ਕੇ ਬਾਬਾ ਬੁੱਢਾ ਸਾਹਿਬ ਰੋਜ਼ਾਨਾ ਸਿੱਖ ਇਤਿਹਾਸ ਦੀ ਕਥਾ ਸੁਣਿਆ ਕਰਦੇ ਸਨ, ਕਰਿਆ ਕਰਦੇ ਸਨ। ਹਜ਼ਾਰਾਂ ਲੋਕ ਆ ਕੇ ਬਾਬਾ ਬੁੱਢਾ ਸਾਹਿਬ ਤੋਂ ਵੱਡਿਆਂ ਗੁਰੂਆਂ ਦਾ ਇਤਿਹਾਸ ਸਰਵਣ ਕਰਿਆ ਕਰਦੇ ਸਨ। ਆਖਿਰਕਾਰ ਇੱਕ ਦਿਨ ਅੰਮ੍ਰਿਤ ਵੇਲਾ ਹੈ, ਤੁਰੋਂ ਸੱਦਾ ਆਇਆ। ਬਾਬਾ ਬੁੱਢਾ ਸਾਹਿਬ ਨੇ ਆਪਣੇ ਪੁੱਤਰ ਬਾਬੇ ਭਾਨੇ ਨੂੰ ਕੋਲਾਂ ਬੁਲਾ ਕੇ ਆਖਿਆ, ਭਾਨਿਆ ਸਾਡੀ ਜਾਣ ਦੀ ਤਿਆਰੀ ਹੋ ਗਈ ਹੈ, ਮੀਰੀ ਪੀਰੀ ਦੇ ਮਾਲਕ ਹਰਗੋਬਿੰਦਪੁਰ ਸਾਹਿਬ ਵਿੱਚ ਬੈਠੇ ਨੇ, ਜਾਂ ਉਹਨਾਂ ਨੂੰ ਸੱਦ ਕੇ ਲਿਆਉਣਾ। ਜਿਵੇਂ ਆਪਣੇ ਪੁੱਤਰ ਭਾਨੇ ਨੂੰ ਰਮਦਾਸ ਤੋਂ ਬਾਬਾ ਬੁੱਢਾ ਸਾਹਿਬ ਹਰਗੋਬਿੰਦਪੁਰ ਜਾਣ ਲਈ ਛੇਵੇਂ ਪਾਤਸ਼ਾਹ ਨੂੰ ਸੱਦ ਕੇ ਲਿਆਉਣ ਲਈ ਕਹਿ ਰਹੇ ਨੇ, ਉਸ ਵੇਲੇ ਦੀਆਂ ਲਾਈਨਾਂ ਨੂੰ ਜਰਨੈਲ ਸਿੰਘ ਸਬਰਾਲ ਅਤੇ ਸਾਥੀ ਇਉਂ ਬਿਆਨ ਕਰ ਰਹੇ। ਬਾਬਾ ਬੁੱਢਾ ਆਖਦੇ ਪੁੱਤ ਭਾਨੇ ਤਾਈ ਤੁਰ ਜਾ ਜਲਦੀ ਹੀਰੀਆ ਹੁਣ ਦੇਰ ਨਾ ਲਾਈ, ਤੁਰ ਜਾ ਜਲਦੀ ਹੀਰੀਆ ਹੁਣ ਦੇਰ ਨਾ ਲਾਈ, ਓ ਤੁਰ ਜਾ ਬੇਟਾ ਜਲਦੀ ਅੱਖਾਂ ਸਮਝਾ ਕੇ, ਲੈ ਆ ਬੇਟਾ ਭਾਨਿਆ ਸਤਿਗੁਰ ਨੂੰ ਜਾ ਕੇ, ਲੈ ਆ ਬੇਟਾ ਭਾਨਿਆ ਸਤਿਗੁਰ ਨੂੰ ਜਾ ਕੇ। ਬਾਬਾ ਬੁੱਢਾ ਆਖਦੇ ਪੁੱਤ ਭਾਨੇ ਤਾਈ ਤੁਰ ਜਾ ਜਲਦੀ ਹੀਰੀਆ ਹੁਣ ਦੇਰ ਨਾ ਲਾਈ, ਤੁਰ ਜਾ ਜਲਦੀ ਹੀਰੀਆ ਹੁਣ ਦੇਰ ਨਾ ਲਾਈ, ਓ ਤੁਰ ਜਾ ਬੇਟਾ ਜਲਦੀ ਅੱਖਾਂ ਸਮਝਾ ਕੇ, ਮੈਂ ਆ ਬੇਟਾ ਭਾਨਿਆ ਸਤਿਗੁਰ ਨੂੰ ਜਾ ਕੇ, ਮੈਂ ਆ ਬੇਟਾ ਭਾਨਿਆ ਸਤਿਗੁਰ ਨੂੰ ਜਾ ਕੇ। ਕਹਿੰਦੇ ਸਾਡੀ ਜਗ ਤੋਂ ਜਾਣ ਦੀ ਹੋ ਗਈ ਤਿਆਰੀ, ਕਰਨੇ ਦਰਸ਼ ਹਜੂਰ ਦੇ ਆਖਰ ਦੀਵਾਰੀ, ਕਰਨੇ ਦਰਸ਼ ਹਜੂਰ ਦੇ ਆਖਰ ਦੀਵਾਰੀ, ਓ ਸਾਡੀ ਤਰਫੋਂ ਆਖਦੀ ਤੂੰ ਸੀਸ ਝੁਕਾ ਕੇ, ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ, ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ। ਬਣਿਆ ਆਵਣ ਜਾਣ ਦਾ ਦੁਨੀਆਂ ਦਾ ਮੇਲਾ, ਖਤਮ ਹੋਣ ਤੇ ਆ ਗਿਆ ਜ਼ਿੰਦਗੀ ਦਾ ਖੇਲਾ, ਖਤਮ ਹੋਣ ਤੇ ਆ ਗਿਆ ਜ਼ਿੰਦਗੀ ਦਾ ਖੇਲਾ, ਓ ਰੱਜ ਦੀ ਮਲਕਿਣ ਮੌਤ ਨਾ ਦੁਨੀਆਂ ਨੂੰ ਖਾ ਕੇ, ਮੈਂ ਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ, ਲੈ ਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ। ਤੂੰ ਕਹਿੰਦੀ ਸੱਚੇ ਸਾਹਿਬ ਨੂੰ ਹੁਣ ਆਵਣ ਜਲਦੀ, ਦਿਲ ਬ੍ਰਿਹੋਂ ਵਿੱਚ
ਵਿੱਚ ਤੜਫਦਾ ਠੰਡ ਪਾਵਣ ਜਲਦੀ ਦਿਲ ਬਿਰਹੋਂ ਵਿੱਚ ਤੜਫਦਾ ਠੰਡ ਪਾਵਣ ਜਲਦੀ ਹੋ ਜੰਮਣਾ ਮਰਨਾ ਕੱਟ ਦਿਓ ਸੀਨੇ ਨਾਲ ਲਾ ਕੇ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਤੂੰ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਮੁੱਢੋਂ ਸੇਵਾਦਾਰ ਹਾਂ ਨਾਨਕ ਦੇ ਦਰਦਾਰ ਜਿਹੜਾ ਲੱਖਾਂ ਜੀਆਂ ਦੀ ਮੁਕਤੀ ਹੈ ਕਰਦਾ ਜਿਹੜਾ ਲੱਖਾਂ ਜੀਆਂ ਦੀ ਮੁਕਤੀ ਹੈ ਕਰਦਾ ਸੌਦੇ ਵਿੱਚ ਮੈਦਾਨ ਦੇ ਸੌਦੇ ਵਿੱਚ ਮੈਦਾਨ ਦੇ ਜਿਹਨੇ ਦੁਸ਼ਮਣ ਟਾ ਗੁਰੂ ਨੂੰ ਜਾ ਕੇ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਪਾਈਆਂ ਜ਼ੁਲਮ ਮਟਾਉਣ ਨੂੰ ਜਿਣ ਦੋ ਤਲਵਾਰਾਂ ਮਟਾਉਣ ਨੂੰ ਜਿਣ ਦੋ ਤਲਵਾਰਾਂ ਗੱਲ ਨਾ ਲਾਵਣ ਦਾਸ ਨੂੰ ਇੱਕ ਵਾਰ ਮਿਸਕਾ ਕੇ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਦਾਸ ਦੀ ਸਿਰ ਨਾਲ ਪਰੀਤੀ ਓਟਕ ਨਿਭਜੇ ਦਾਸ ਦੀ ਸਿਰ ਨਾਲ ਪਰੀਤੀ ਆਉ ਮੁੜ ਜਾਣ ਬੇਸ਼ੱਕ ਦੀ ਗੱਲ ਤੋੜੀ ਨਿਭਾ ਕੇ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਲਾਇਆ ਬੇਟਾ ਪਾਨਿਆ ਸਤਿਗੁਰ ਨੂੰ ਜਾ ਕੇ ਸਾਹਿਬ ਜੀ ਨੇ ਸਾਰਿਆਂ ਤੋਂ ਛੋਟੇ ਪੁੱਤਰ ਬਾਬਾ ਭਾਨਾ ਜੀ ਨੂੰ ਰਮਦਾਸ ਤੋਂ ਗੁਰੂ ਹਰਗੋਬਿੰਦ ਸਾਹਿਬ ਵੱਲ ਤੋਰਿਆ ਹੈ। ਕੁਝ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਭਾਨਾ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪਾਵਨ ਧਰਤੀ ਵਿੱਚ ਪਹੁੰਚਿਆ ਹੈ, ਮੱਥਾ ਟੇਕਿਆ ਹੈ, ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਆਖਰੀ ਸਮੇਂ ਉੱਤੇ ਆਪ ਜੀ ਦੇ ਦਰਸ਼ਨ ਦਦਾਰਿਆਂ ਨੂੰ ਅਡੀਕ ਰਹੇ ਨੇ, ਇਸ ਲਈ ਛੇਤੀ ਤਿਆਰੀਆਂ ਕਰੋ ਤੇ ਰਮਦਾਸ ਵਿੱਚ ਪਹੁੰਚ ਜਾਓ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ, ਅਨੇਕਾਂ ਚੋਜ ਕੀਤੇ ਨੇ, ਹਰਗੋਬਿੰਦਪੁਰ ਸਾਹਿਬ ਦੀ ਧਰਤੀ ਉੱਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਜੇ ਹੋਏ ਦਰਬਾਰ ਦੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਮਾਪਤੀ ਦਾ ਹੁਕਮ ਦਿੱਤਾ ਹੈ, ਅਰਦਾਸਾ ਸੋਧਿਆ ਗਿਆ ਹੈ। ਬਾਬਾ ਬਿਧੀ ਚੰਦ ਨੂੰ ਕੋਲਾਂ ਸੱਦ ਕੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਈ ਬਿਧੀ ਚੰਦ ਜੀ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਨੂੰ ਚੱਲਣਾ ਹੈ, ਤਿਆਰੀ ਕਰੋ। ਯਾਦ ਰੱਖੋ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਤਿੰਨ ਮੁਖੀ ਸਿੱਖ ਸਨ, ਜੇ ਕੋਈ ਬਿਮਾਰ ਆ ਗਿਆ ਉਹਨੂੰ ਰਾਜੀ ਕਰਨ ਲਈ ਬਾਬਾ ਬੁੱਢਾ ਸਾਹਿਬ ਦੀ ਡਿਊਟੀ ਲੱਗਿਆ ਕਰਦੀ ਸੀ, ਜੇ ਕੋਈ ਗਿਆਨ ਚਰਚਾ ਕਰਨ ਵਾਲਾ ਆ ਗਿਆ ਹੈ ਉਹਦੇ ਨਾਲ ਗਿਆਨ ਚਰਚਾ ਕਰਨ ਲਈ ਭਾਈ ਗੁਰਦਾਸ ਦੀ ਡਿਊਟੀ ਲੱਗਿਆ ਕਰਦੀ ਸੀ, ਤੇ ਜੇ ਕੋਈ ਹੰਕਾਰੀ ਆ ਗਿਆ ਡੇਲੀਆਂ ਗਾਲਣ ਲੱਗਾ ਉਹਦੀ ਧੌਣ ਉੱਤੇ ਗੋਡਾ ਰੱਖਣ ਵਾਸਤੇ ਬਾਬਾ ਬਿਧੀ ਚੰਦ ਦੀ ਡਿਊਟੀ ਲਾਈ ਜਾਂਦੀ ਸੀ। ਵਾਹ ਜੀ, ਤਿਆਰੀ ਦਾ ਹੁਕਮ ਹੋਇਆ ਹੈ, ਛੇਵੇਂ ਪਾਤਸ਼ਾਹ ਮਹਾਰਾਜ 94 ਸਿੱਖਾਂ ਨੂੰ ਲੈ ਕੇ ਚੱਲੇ ਨੇ, ਬਾਬਾ ਬਿਧੀ ਚੰਦ ਜੀ ਤਿਆਰ ਹੋਏ ਨੇ, ਬਾਬਾ ਜੇਠਾ ਜੀ ਸਿੱਧਵਾਂ ਵਾਲੇ ਤਿਆਰ ਹੋਏ ਨੇ, ਗੁਰੂ ਘਰ ਦਾ ਮਹਾਨ ਕੀਰਤਨੀਆ ਰਬਾਬੀ ਉਹ ਵੀ ਨਾਲ ਤਿਆਰ ਹੋ ਪਿਆ ਹੈ। ਇਸ ਲਈ ਆਓ ਤੱਕੀਏ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਤਿਆਰੀ ਕਰਕੇ ਜਿਵੇਂ ਰਮਦਾਸ ਵਿੱਚ ਬਾਬਾ ਬੁੱਢਾ ਸਾਹਿਬ ਦੇ ਅੰਤ ਸਮੇਂ ਉੱਤੇ ਜਾ ਰਹੇ ਨੇ, ਕਿਉਂ ਬੇਨਤੀ ਕੀਤੀ ਜਾ ਰਹੀ? ਭਾਈ ਭਾਨੇ ਨੇ ਬੇਨਤੀ ਕੀਤੀ ਗੁਰਾਂ ਅੱਗੇ ਹੱਥ ਜੋੜ ਕੇ, ਬਾਬਾ ਬੁੱਢਾ ਜੀ ਤੁਸਾਂ ਨੂੰ ਯਾਦ ਕਰਦੇ ਦੇਵੋ ਖਾਂ ਦਿਦਾਰ ਚੱਲ ਕੇ ਛੇਵੇਂ ਗੁਰਾਂ ਨੇ ਤਿਆਰੀ ਕੀਤੀ ਬਈ ਛੇਵੇਂ ਗੁਰਾਂ ਨੇ ਤਿਆਰੀ ਕੀਤੀ ਹਰਗੋਬਿੰਦਪੁਰ ਸਾਹਿਬ ਤੋਂ ਬਿਧੀ ਚੰਦ ਤੇ
चंद ते सूरमा जेठा बाब कर बाबी लीलिया नाल होर की। भाई पाने ने बेनती कीती गुरां अगे हाथ जोड़ के बाबा बुढ़ारी बुढ़ारी तुसानू जाद करते देवो खांददार चल के छेवें गुरां ने छेवें गुरां ने तैयारी कीती भई छेवें गुरां ने बल्ले छेवें गुरां ने तैयारी कीती हरगोबिंदपुर साहिब तो बिरी चंद ते चंद ते सूरमा जेठा बाब कर बाबी लीलिया नाल होर की। नाल होर की सियाने सिख ले ले नाल होर बई होर भी सियाने सिख ले ले ओ भाई गरदास वरगे मार मंजला मंजला गुरु जी पहुंचे विच रामदास आण के जिथे ढीक दे जिथे ढीक दे आखिरी वेले भी जिथे ढीक दे आखिरी वेले धन बाबा बुढ़ा साहिब जी आवाज मार के गुरु जी कहिंदे आ गए असि बाबा साहिब जे इदा आख के छाती मेरी पीरी वाले छैन चार धन पागने पागने गुरु जी मेरे बाबे बुढ़े अगो आखिया दे के दरस दे के दर्श आखरी वेले भी दे के दर्श दर्श आखरी वेले कितिया मरादा पूरिया टली रात ता रात ता तुरू सदा आया बाबे कीतिया तैयारियां बुए अंबरों बुए अंबरों स्वर्गां दे खोली गए बुए अंबरों अंबरों स्वर्गां दे खोल गए जैले कार होन लग पई झट देवते देवते बबान लेके आ गए कर दे फुलां दी वरखा शीस बाबे दा शीस बाबे दा टिकाया सजे ਸੀਸ ਬਾਬੇ ਦਾ ਹਾਰਾ ਸੀਸ ਬਾਬੇ ਨਾ ਬਾਬੇ ਦਾ ਟਿਕਾਇਆ ਸੱਜੇ ਪੱਟ ਤੇ ਸੀਸ ਬਾਬੇ ਦਾ ਬਾਬੇ ਟਿਕਾਇਆ ਸੱਜੇ ਪੱਟ ਤੇ ਬੰਦੀ ਛੋੜ ਪਾਤਸ਼ਾਹ ਨੇ ਸਾਰੀ ਸੰਗਤ ਸੰਗਤ ਪੜੇ ਪਈ ਬਾਣੀ ਧੁਨ ਆਵੇ ਸਤਨਾਮ ਦੀ ਬਾਂ ਪਾਨੇ ਦੀ ਆਖਰੀ ਵੇਲੇ ਬਈਓ ਬਾਂ ਪਾਨੇ ਦੀ ਪਾਨੇ ਦੀ ਆਖਰੀ ਵੇਲੇ ਗੁਰਾਂ ਨੂੰ ਫੜਾਈ ਬਾਬੇ ਨੇ ਸਰੀ ਪੁੱਜੀ ਜੋ ਕਰੀ ਮੈਂ ਸੇਵਾ ਮੈਥੋਂ ਪਿੱਛੋਂ ਭਾਨਾ ਕਰੇਗਾ ਇੰਨੀ ਆਖ ਕੇ ਇੰਨੀ ਆਖ ਕੇ ਜੁੜੇ ਹਾਥੀ ਰਹਿ ਗਏ ਵੀ ਇੰਨੀ ਆਖ ਕੇ ਜੁੜੇ ਹਾਥੀ ਰਹਿ ਗਏ ਸਤਨਾਮ ਕਿਹਾ ਮੁਖ ਚੋਂ ਪੌਰ ਲਾ ਗਿਆ ਲਾਗਿਆ ਸਰੀਰ ਵਿੱਚੋਂ ਡਾਰੀ ਸੱਚ ਖੰਡ ਜਾ ਵਸਿਆ ਦਿਲ ਕਈ ਸੀ ਦਿਲ ਕਈ ਸੀ ਵਿਰਾਗ ਵਿੱਚ ਉਛਲੇ ਦਿਲ ਕਈ ਸੀ ਬੱਲੇ ਉਹ ਦਿਲ ਕਈ ਸੀ ਵਿਰਾਗ ਵਿੱਚ ਉਛਲੇ ਨੈਣਾ ਵਿੱਚੋਂ ਨੀਰ ਵਹਿ ਗਿਆ ਬਹੁਤ ਬੁਰੀਆਂ ਬੁਰੀਆਂ ਵਿਛੋੜੇ ਦੀਆਂ ਘੜੀਆਂ ਮੰਨਣਾ ਪੈ ਜਾਂਦਾ ਪਾਣਾ ਇੱਕ ਦਿਨ ਦੁਨੀਆ ਤੋਂ ਤੁਰ ਜਾਣਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਦਾਸ ਵਿੱਚ ਪਹੁੰਚੇ ਨੇ ਬਾਬਾ ਜੀ ਹੱਥ ਜੋੜ ਕੇ ਸਤਿਗੁਰਾਂ ਨੂੰ ਯਾਦ ਕਰ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਮਸਕਾਰ ਕਰਕੇ ਆਖਿਆ ਬਾਬਾ ਜੀ ਅਸੀਂ ਆ ਗਏ ਹਾਂ ਬਾਬਾ ਬੁੱਢਾ ਸਾਹਿਬ ਦਾ ਪਾਵਨ ਸੀਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸੱਜੇ ਪੱਟ ਉੱਤੇ ਰੱਖ ਲਿਆ ਹੈ ਹਜ਼ਾਰਾਂ ਸੰਗਤਾਂ ਇਲਾਕੇ ਵਿੱਚੋਂ ਬਾਬਾ ਬੁੱਢਾ ਸਾਹਿਬ ਦੇ ਆਖਰੀ ਦਰਸ਼ਨਾਂ ਨੂੰ ਆਈਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਬਾਰਸ਼ ਨਗਰ ਤੋਂ ਆਪਣੇ ਚੇਲਿਆਂ ਨੂੰ ਲੈ ਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਨ ਇੱਕ ਬੰਨੇ ਕੀਰਤਨ ਹੋ ਰਿਹਾ ਹੈ ਇੱਕ ਬੰਨੇ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਖਰੀ ਬਚਨ ਕਰ ਰਹੇ ਸਨ ਆਪਣੇ ਪੁੱਤਰ ਭਾਨੇ ਨੂੰ ਸੱਦ ਕੇ ਉਹਦੀ ਬਾਂਹ ਮੀਰੀ ਪੀਰੀ ਦੇ ਮਾਲਕ ਦੇ ਹੱਥ ਵਿੱਚ ਫੜਾ ਕੇ ਆਖਿਆ ਸੱਜੇ ਪਾਤਸ਼ਾਹ
मेरे तो पिछों गुरु घर की सेवा मेरा पुत्र भाना करेगा। दरअसल सतवें पातशाह गुरु हर राय साहब महाराज नूं बाबे भाने ने गुरियाई का तिलक लाया। नवें पातशाह गुरु तेग बहादुर महाराज नूं भाने ने पुत्र बाबा गुरदित्ता जी ने गुरियाई का तिलक लाया। दसवें पातशाह गुरु गोबिंद सिंह महाराज जी नूं बाबा गुरदित्ता जी दे पुत्र बाबा राम कौर सिंह ने गुरियाई का तिलक लाया। ये गुरु घर की सेवा करया करदे सन। याद रखो अमृत वेला होया, बाबा जी ने आखिरी नमस्कार की, पंज भूतक शरीर नूं त्याग दिता है। वराग विच आईयां संगतां दी अखां विचों अथरू डिग पए ने, अंबरां विचों फुल्लां दी बरसात हो रही सी, जय जयकार हो रही सी, घोड़ सवारां ने राही पिंडां ने विच पल्ला फेरिया गया, हजारां संगतां बाबा जी दे आखिरी दर्शनां नूं पहुंचियां ने, बवान सजाया गया। ना जाना शायद बाबा बुढ़ा साहब वर्गा सुभागा होर कोई सिख नहीं होवेगा। गुरु हरगोबिंद साहब महाराज जी आप बाबा बुढ़ा साहब दे कानी लगे सन। अज सचखंड समाधां में जाके वेखिए, गुरु के बाद वाले बाबा लखा सिंह जी कार सेवा करवा रहे ने। बहुत सुंदर सचखंड समाधां में दरबार तैयार किया जा रहा है। हजारां लोग उस धरती नूं जाके नमस्कार करते ने। चंदन दीआं लकड़ां लियांदीआं गईआं, बाबा बिधी चंद जी लकड़ां फड़ा रहे ने। छेवें पातशाह महाराज अंगीठा चिण रहे ने। बाबा जेठा जी सिद्धवां वाले अलाणियां का पाठ कर रहे ने। आखिरी रस्म अदा गुरु हरगोबिंद साहब महाराज ने की है। कीर्तन सोले का पाठ किया है। कड़ा प्रसाद की देग वरताई गई है। बाबा जी की याद में भाई गुरदास को खुला पाठ रखवाया गया, उसका भोग पिया। बड़े वरागमई शब्द गुरु के कीर्तनिए बाप रबाबी ने पढ़े ने। अवसारा सीन आप जी के पवित्र चरणों में जरनैल सिंह सुबरात के साथी इं पेश कर रहे, सुनिए। बाबा बुढ़ा जी सी जिस दम स्वर्ग सुधार गए, ओसने ता दूर दूर तू दर्शन खातर आईया, पल्ला पिंडा दे विच फेरिया घोड़ सवारा ने, खबरा दूर दूर तक मिंटा विच पचाइया, लोकी दर्शन खातर तुर पे घत वहीरा नू, लोकी दर्शन खातर तुर पे घत वहीरा नू, आईया कठिया होके पैणा आते माइया, बावक शब्द पड़े सी बहुते विच वराग दे, वैगिया नदियां वांगू अखिया दर्श दियाइया, किराए स्नान रख ली देही विच बबाहन दे, शमशान घाट दे तुरपे करके ताइया, कानी आप गुरु जी लगे अगली बाही ते कानी आप गुरु जी लगे अगली बाही ते, बाकी सेवादारा चुकिया तिन्ने पाइया, हथी चिखा बनाई मार कमीरी पीरी दे, गुरु जी ने कीता कीर्तन सोले दा, देखा करा प्रसाद गईया फिर विरताइया, उधर देवत्यां ने वरखा कीती फुल्लां दी, उधर देवत्यां ने वरखा कीती फुल्लां दी, औकड़ियां अंबरां विच्चों बदला ने बरसाइया, जून सदा जरनैल सिया बई जगते मोया पिछों, जून सदा जरनैल सिया, जिन्ना दुनिया दे विच कीतियां नेक कमाइयां, प्रोग्राम भाई जरनैल सिंह सुबरा दे कवीशरी जथे ने पेश कीता सी। वाहेगुरु जी का खालसा वाहेगुरु जी की फतेह।